ਸਸਤਰੀਕਲ ਵੈਲਕਮ ਟੂ ਬਲੂਬਰਡ ਕਿਹੜੇ ਉਦੇਸ਼ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਬੜੀ ਈਜ਼ਲੀ ਆਪਣੀ ਪਰਮ ਰੈਜ਼ਿਡੈਂਸੀ ਲੈ ਸਕਦੇ ਹੋ ਜਿੱਥੇ ਤੁਹਾਨੂੰ ਪੀਆਰ ਲੈਣ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਅੱਜ ਆਪਾਂ ਉਹਦੇ ਬਾਰੇ ਗੱਲ ਕਰਨ ਵਾਲੇ ਆ ਕਾਫੀ ਐਸੇ ਲੋਕ ਹੁੰਦੇ ਆ ਜਿਨ੍ਹਾਂ ਦਾ ਹੀ ਸਭ ਤੋਂ ਮੇਨ ਕੁਐਸਚਨ ਹੁੰਦਾ ਹੈ ਕਿ ਸਾਨੂੰ ਉਸ ਕੰਟਰੀ ਜਾਈਏ ਜਿੱਥੇ ਸਾਨੂੰ ਪੀਆਰ ਦੇ ਵਿੱਚ ਜਿਹੜੀ ਹੈ ਪ੍ਰੋਬਲਮ ਨਾ ਆਵੇ ਸੀ ਈਜ਼ਲੀ ਜਿਹੜੀ ਹੈ ਪੀਆਰ ਲੈ ਸਕੀਏ ਅੱਜ ਆਪਾਂ ਉਹਨਾਂ ਕੰਟਰੀਜ਼ ਬਾਰੇ ਹੀ ਗੱਲ ਕਰਨ ਵਾਲੇ ਆ ਜਿੱਥੇ ਤੁਹਾਨੂੰ ਪੀਆਰ ਜਿਹੜੀ ਹੈ ਈਜ਼ਲੀ ਮਿਲ ਸਕੇ ਪੀਅਰ ਲੈਂਡ ਦੇ ਕਈ ਡਿਫਰੈਂਟ ਤਰੀਕੇ ਆ ਗਏ ਨੇ ਜਿਵੇਂ ਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਗਏ ਹੋ ਸਟੂਡੈਂਟ ਵੀਜ਼ਾ ਤੋਂ ਬਾਅਦ ਤੁਸੀਂ ਆਪਣੀ ਜੋ ਵੀ ਸਟੱਡੀ ਕੀਤੀ ਹੈ ਉਹਦੇ ਤੁਹਾਡੇ ਕ੍ਰੈਡਿਟ ਪੂਰੇ ਹੋ ਰਹੇ ਨੇ ਉਸ ਬਿਹਾਵ ਤੇ ਤੁਸੀਂ ਆਪਣੀ ਜਿਹੜੀ ਹੈ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਵਧੀਆ ਸਕਿੱਲ ਹੈਗੀ ਹੈ ਜਿਹੜੀ ਉਸ ਕੰਟਰੀ ਚ ਕਾਫੀ ਡਿਮਾਂਡ ਹੈਗੀ ਆ ਉਹਦੀ ਉਸ ਬੇਸ ਤੇ ਤੁਹਾਨੂੰ ਵਰਕ ਵੀਜ਼ਾ ਮਿਲਿਆ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਕੰਟੀਨਿਊ ਕਰਦੇ ਹੋਏ ਆਪਣੀ ਪਰਮਨੈਂਟ ਰੈਜ਼ਿਡੈਂਸੀ ਲਈ ਅਪਲਾਈ ਕਰ ਸਕਦੇ ਹੋ ਇਸ ਤੋਂ ਲਾਵਾ ਕਈ ਤਰੀਕੇ ਹੋ ਰਿਹਾ ਜਿਵੇਂ ਕਿ ਕਈ ਲੋਕ ਐਸਾਈਲਮ ਪਾਉਂਦੇ ਆ ਤੇ ਕੁਝ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਇਸ ਬੇਸ ਤੇ ਵੀ ਪਰਮਨੈਂਟ ਰੈਜ਼ੀਡੈਂਸੀ ਮਿਲਦੀ ਹੈ। ਦੈਨ ਉਸ ਤੋਂ ਬਾਅਦ ਆਉਂਦਾ ਕਿ ਤੁਸੀਂ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈ ਤੇ ਟੂਰਿਸਟ ਵੀਜ਼ਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਕੰਟਰੀਜ਼ ਦੇ ਵਿੱਚ ਗਏ ਉੱਥੇ ਜਾ ਕੇ ਆਪਣਾ ਵੀਜ਼ਾ ਕਨਵਰਟ ਕਰਾਇਆ ਫਿਰ ਹੌਲੀ-ਹੌਲੀ ਤੁਸੀਂ ਆਪਣਾ ਪਰਮ ਰੈਜ਼ੀਡੈਂਸੀ ਵੱਲ ਚਲੇ ਗਏ। ਇਸ ਤੋਂ ਬਾਅਦ ਇੱਕ ਹੋਰ ਮੈਥਡ ਆਉਂਦਾ ਕਿ ਤੁਸੀਂ ਕਿਸੇ ਕੰਟਰੀ ਵਿੱਚ ਆਪਣਾ ਬਿਜ਼ਨਸ ਸੈਟਅਪ ਕੀਤਾ ਹੈ। ਬਿਜ਼ਨਸ ਸੈਟਅਪ ਦੇ ਬੇਸ ਤੇ ਵੀ ਤੁਸੀਂ ਪਰਮ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ। ਇਸੇ ਤਰੀਕੇ ਨਾਲ ਹੋਰ ਵੀ ਕਾਫੀ ਵੇ ਹੈਗੇ ਨੇ ਜਿਦੇ ਨਾਲ ਲੋਕ ਆਪਣੀ ਪਰਮਨ ਰੈਜ਼ੀਡੈਂਸੀ ਜਿਹੜੀ ਹੈ ਅਪਲਾਈ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਰਮਨ ਰੈਜ਼ੀਡੈਂਸੀ ਮਿਲਦੀ ਹੈ ਬਟ ਐਵੇਂ ਦੇ ਕਈ ਮੁਲਕ ਹੈਗੇ ਆ ਜਿਹੜੇ ਪਰਮਨ ਰੈਜ਼ੀਡੈਂਸੀ ਇਨੀ ਈਜ਼ੀਲੀ ਨਹੀਂ ਦਿੰਦੇ ਤੁਹਾਨੂੰ ਬਹੁਤ ਈਜ਼ੀ ਪਰਮਨ ਰੈਜ਼ੀਡੈਂਸੀ ਨਹੀਂ ਮਿਲਦੀ ਤੁਹਾਨੂੰ ਕਾਫੀ ਜਿਹੜੇ ਪ੍ਰੋਸੈਸ ਤੋਂ ਨਿਕਲਣਾ ਪੈਂਦਾ ਤੇ ਕੁਝ ਐਵੇਂ ਦੀ ਕੰਟਰੀਜ਼ ਹੈਗੀਆਂ ਜਿੱਥੇ ਤੁਹਾਨੂੰ ਰੈਜ਼ੀਡੈਂਸੀ ਜਿਹੜੀ ਹੈ ਬਹੁਤ ਈਜ਼ੀ ਮਿਲ ਜਾਂਦੀ ਹੈ ਤੇ ਹਰੇਕ ਮੁਲਕ ਦਾ ਆਪੋ ਆਪਣੀ categories ਨੇ ਜਿਨ੍ਹਾਂ ਦੇ ਵਿੱਚ ਉਹ ਪਰਮਨੈਂਟ ਰੈਜ਼ਿਡੈਂਸੀ इजीली ਦਿੰਦੇ ਆ ਤੇ ਕੁਝ ਐਵੇਂ ਦੀ ਕੰਟਰੀਜ਼ ਨੇ ਜਿਨ੍ਹਾਂ ਦੇ ਡਿਫਰੈਂਟ categories ਚ ਰੈਜ਼ਿਡੈਂਸੀ ਹੁੰਦੀ ਹੈ ਬਾਕੀ ਜਿਹੜੀ ਰੈਜ਼ਿਡੈਂਸੀ ਹੈ ਬਾਕੀ categories ਦੇ ਵਿੱਚ ਉੱਤੇ ਪੋਸੀਬਲ ਨਹੀਂ ਹੁੰਦੀ ਜਿਵੇਂ ਕਿ ਹੁਣ ਜੇ ਆਪਾਂ ਯੂਐਸ ਦੀ ਗੱਲ ਕਰੀਏ ਤਾਂ ਯੂਐਸ ਦੇ ਵਿੱਚ ਕੀ ਹੈ ਕਿ ਤੁਸੀਂ ਰੈਜ਼ਿਡੈਂਸੀ ਲੈਣੀ ਹੈ ਥੈਨ ਤੁਹਾਡੇ ਲਈ ਈਜ਼ੀ ਜਿਹੜਾ ਵੇਅ ਹੈ ਉਹ ਸਾਈਲਮ ਵੇ ਉੱਥੇ ਮੰਨਿਆ ਜਾਂਦਾ ਹੈ ਕਾਫੀ ਲੋਕੇ ਤਾਂ ਡਾਂਕੀ ਲਾ ਕੇ ਜਾਂਦੇ ਆ ਥੋੜੀ ਜੀ ਇਹ ਅਜੀਬ ਗੱਲ ਹੈ ਕਿ ਜਿਹੜੇ ਲੋਕ ਡਾਂਕੀ ਲਾ ਕੇ ਜਾਂਦੇ ਆ ਉਸ ਕੰਟਰੀ ਦੇ ਵਿੱਚ ਇਲੀਗਲ ਤਰੀਕੇ ਨਾਲ ਐਂਟਰ ਹੁੰਦੇ ਆ ਉਹਨਾਂ ਨੂੰ ਪਰਮ ਰੈਜ਼ਿਡੈਂਸੀ ਜਿਹੜੀ ਆ ਬਹੁਤ ਜ਼ਿਆਦਾ ਈਜ਼ੀ ਮਿਲ ਜਾਂਦੀ ਹੈ ਜਿਹੜੇ ਸਟੂਡੈਂਟ ਜਾਂਦੇ ਨੇ ਜਾਂ ਫਿਰ ਟੂਰਿਸਟ ਵੀਜ਼ਾ ਤੇ ਜਾਂਦੇ ਆ ਜਾਂ ਫਿਰ ਵਰਕ ਵੀਜ਼ਾ ਤੇ ਜਾਂਦੇ ਆ ਉਹਨਾਂ ਨੂੰ ਪਰਮ ਰੈਜ਼ਿਡੈਂਸੀ ਜਿਹੜੀ ਆ ਬਹੁਤ ਡਿਫਿਕਲਟ ਮਿਲਦੀ ਹੈ ਇਹ ਥੋੜੀ ਜੀ ਅਜੀਬ ਚੀਜ਼ ਜਿਹੜੀ ਆ ਯੂਐਸ ਵਿੱਚ ਵੇਖਣ ਨੂੰ ਮਿਲਦੀ ਹੈ ਤੇ ਕਾਫੀ ਲੋਕਾਂ ਨੇ ਇਸੇ ਕਰਕੇ ਤਰੀਕਾ ਬਣਾਇਆ ਉਹਨਾਂ ਨੇ ਵਾਇਓ ਮੈਕਸੀਕੋ ਐਂਟਰ ਹੋ ਕੇ ਦੋਸਤੋ ਬਾਅਦ ਜ ਆਪਣੀ ਰੈ residency ਜਿਹੜੀ ਆ ਲਈ ਹੈ ਹੁਣ ਜਿਹੜੀ ਗੱਲ ਨੈਸਟ ਆਪਾ ਕਰਨ ਲੱਗੇ ਆ ਕੰਟਰੀਜ਼ ਦੀ ਉਹ ਹੈ ਕੈਨੇਡਾ ਨਾਲ ਲੱਗਦੀ ਕੰਟਰੀ ਹੈ ਉੱਥੇ ਤੁਹਾਨੂੰ ਪਰਮਨ ਰੈ residency ਦੇ ਕਾਫੀ ਜ਼ਿਆਦਾ ਆਪਸ਼ਨ ਮਿਲ ਜਾਂਦੇ ਆ ਤੁਸੀਂ ਸਟੂਡੈਂਟ ਵੀਜ਼ਾ ਤੇ ਗਏ ਉਸ ਤੋਂ ਬਾਅਦ ਤੁਸੀਂ ਆਪਣਾ ਸਟੱਡੀ ਦੇ ਬੇਸ ਤੇ ਤੁਸੀਂ ਆਪਣੀ ਪਰਮਨ ਰੈ residency ਲਈ ਫਿਰ ਤੁਸੀਂ ਟੂਰਿਸਟ ਵੀਜ਼ਾ ਤੇ ਜਾਂਦੇ ਹੋ ਦੈਨ ਤੁਸੀਂ ਉਹਨੂੰ ਕਨਵਰਟ ਕਰਦੇ ਹੋ ਵਰਕ ਵੀਜ਼ਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਆਪਣੀ ਪਰਮਨ ਰੈ residency ਉੱਥੇ ਲੈ ਸਕਦੇ ਹੋ ਇਸੇ ਤਰੀਕੇ ਨਾਲ ਕਾਫੀ ਸਕਿੱਲ ਵਰਕਰ ਨੇ ਜਿਨ੍ਹਾਂ ਕੋਲ ਪੁਆਇੰਟਸ ਪੂਰੇ ਹੁੰਦੇ ਨੇ ਆਇਲਸ ਕੀਤੀ ਹੁੰਦੀ ਹੈ ਡਾਇਰੈਕਟ ਪੀਆਰ ਲੈ ਕੇ ਵੀ ਉਹ ਕੈਨੇਡਾ ਦੇ ਵਿੱਚ ਜਿਹੜੇ ਐਂਟਰ ਹੁੰਦੇ ਨੇ ਉਹਨਾਂ ਨੂੰ ਉੱਥੇ ਜਾ ਕੇ ਪੀਆਰ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ ਉਹ ਆਪਣੀ ਹੋਮ ਕੰਟਰੀਜ਼ ਬੈਠੇ ਬੈਠੇ ਹੀ ਆਪਣੀ ਪਰਮ ਰੈਜ਼ੀਡੈਂਸੀ ਅਪਲਾਈ ਕਰਦੇ ਆ ਦੈਨ ਉਹਨਾਂ ਨੂੰ ਬੜੀ ਈਜ਼ੀਲੀ ਜਿਹੜੀ ਆ ਪੀਆਰ ਮਿਲ ਜਾਂਦੀ ਆ ਕੈਨੇਡਾ ਆ ਜੀ ਰੀਡ ਚ ਮੰਨਿਆ ਜਾਂਦਾ ਹੈ ਕਿ ਬਹੁਤ ਈਜ਼ੀ ਪੀਆਰ ਹੈ ਇਸ ਕੰਟਰੀ ਦੇ ਵਿੱਚ ਥੋੜੀ ਜੀ ਡਿਫਿਕਲਟੀਜ਼ ਹੁਣ ਸਟਾਰਟ ਹੋਈਆਂ ਨੇ ਆਉਣੀਆਂ ਬਟ ਪੀਆਰ ਜੇ ਕੋਈ ਸਹੀ ਤਰੀਕੇ ਨਾਲ ਚੱਲ ਰਿਹਾ ਮੰਨੋ ਕਿ ਸਟੂਡੈਂਟ ਵੀਜ਼ਾ ਤੇ ਗਿਆ ਉਹਨੇ ਆਪਣੀ ਯੂਨੀਵਰਸਿਟੀ ਚੇਂਜ ਨਹੀਂ ਕੀਤੀ ਉਸੇ ਸਟੱਡੀ ਨੂੰ ਕੰਪਲੀਟ ਕੀਤਾ ਦੈਨ ਜਾ ਕੇ ਉਹਨੇ ਜੌਬ ਫਾਈਂਡ ਕੀਤੀ ਤੇ ਫਿਰ ਆਪਣੀ ਪੀਆਰ ਅਪਲਾਈ ਕੀਤੀ ਉਸ ਕੇਸ ਦੇ ਵਿੱਚ ਜਿਹੜੀ ਆ ਪੀਆਰ ਲੈਣਾ ਡਿਫਿਕਲਟ ਨਹੀਂ ਹੈਗਾ ਬਟ ਜੇ ਕਿ ਉਹਨੇ ਐਵੇਂ ਕੀਤਾ ਕਿ ਜਾ ਕੇ ਸਟੱਡੀ ਵੀ ਕੰਪਲੀਟ ਨਹੀਂ ਕੀਤੀ ਆਪਣਾ ਜਾਂ ਯੂਨੀਵਰਸਿਟੀ ਜਿਹੜੇ ਪ੍ਰੋਗਰਾਮ ਚ ਗਿਆ ਉਹ ਪ੍ਰੋਗਰਾਮ ਚੇਂਜ ਕਰ ਲਿਆ ਉਹ ਤੋਂ ਬਾਅਦ ਈਜ਼ੀ ਲੈ ਲਿਆ ਜਾਂ ਪ੍ਰਾਈਵੇਟ ਕਾਲਜ ਲੈ ਲਿਆ ਫਿਰ ਉਹਨਾਂ ਨੂੰ ਡੈਫੀਨਟਲੀ ਪ੍ਰੋਬਲਮਸ ਜੜੀਆਂ ਨੇ ਆਉਣ ਵਾਲੀਆਂ ਨੇ ਇਸ ਤਰੀਕੇ ਨਾਲ ਗਵਰਨਮੈਂਟ ਥੋੜੀ ਜੀ ਸਟ੍ਰਿਕ ਹੁੰਦੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਕਿ ਬਹੁਤ ਈਜ਼ੀ ਐਸਪੈਕਟ ਨੂੰ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਸਾਇਲਮ ਦੇ ਵਿੱਚ ਵੀ ਉਹਨਾਂ ਨੇ ਕੈਪ ਲਾਇਆ ਵਰਕ ਵੀਜ਼ਾ ਤੇ ਵੀ ਕੈਪ ਲਾਇਆ ਫਿਰ ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਸਟੂਡੈਂਟ ਵੀਜ਼ਾ ਉਹਤੇ ਵੀ ਕੈਪ ਲਾਇਆ ਉਹਦੇ ਨੰਬਰ ਘਟਾ ਦਿੱਤੇ ਨੇ ਉਸ ਤੋਂ ਬਾਅਦ ਜਿਹੜੀ ਕੰਟਰੀ ਸਕਦੇ ਇਹਨੂੰ ਵੀ ਉਹ ਹੈ ਪੁਰਤਗਾਲ ਪੁਰਤਗਾਲ ਦੇ ਵਿੱਚ ਤੁਹਾਡੀ ਜਿਹੜੀ ਰੈ residancy ਹੈ ਬਹੁਤ ਈਜ਼ੀ ਮੰਨੀ ਜਾਂਦੀ ਹੈ ਕਿ ਤੁਹਾਡੇ ਕੋਲ ਜੇ ਸਕਿੱਲਸ ਨਹੀਂ ਵੀ ਹੈਗੀਆਂ ਤੁਸੀਂ ਸਟੂਡੈਂਟ ਵੀਜ਼ਾ ਤੇ ਵੀ ਨਹੀਂ ਗਏ ਤੁਸੀਂ ਨਾਰਮਲ ਜਾਂ ਟੂਰਿਸਟ ਵੀਜ਼ਾ ਤੇ ਗਏ ਹੋ ਤੁਸੀਂ ਜਾਂਦੇ ਹੀ ਆਪਣੇ ਪੇਪਰ ਲੋਕ ਕਰਵਾ ਸਕਦੇ ਹੋ ਪੇਪਰ ਲੋਕ ਕਰਾਉਣ ਦਾ ਕੁਝ ਪ੍ਰੋਸੈਸ ਹੁੰਦਾ ਜਿਹਦੇ ਥਰੂ ਤੁਹਾਨੂੰ ਜਾਣਾ ਹੁੰਦਾ ਜੀ ਉਸ ਪ੍ਰੋਸੈਸ ਦੇ ਥਰੂ ਤੁਸੀਂ ਜਾਂਦੇ ਹੋ ਦੈਨ ਤੁਹਾਨੂੰ ਈਜ਼ੀਲੀ ਜਿਹੜਾ ਤੁਸੀਂ ਪਰਮਨ ਰੈ residancy ਤੱਕ ਪਹੁੰਚ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਹਾਡੇ ਕੋਲ ਪੁਰਤਗਾਲ ਇੱਕ ਐਵੇਂ ਦਾ অপਸ਼ਨ ਦੇ ਦਿੰਦਾ ਜ ਜਿਹਦੇ ਵੀ ਤੁਹਾਡੇ ਕੋਲ ਹਾਈ ਸਟਡੀ ਨਹੀਂ ਹੈਗੀ ਸਕਿਲਸ ਨਹੀਂ ਹੈਗੀਆਂ ਤੁਹਾਡੇ ਕੋਲ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੈਗੀ ਤੋ ਇਹ ਸਟੂਡੈਂਟ ਵੀਜ਼ਾ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ ਸਿੰਪਲ ਟੂਰਿਸਟ ਵੀਜ਼ਾ ਤੇ ਜਾਓ ਪੇਪਰ ਲੋਕ ਕਰਾਓ ਆਪਣਾ ਪਰਮ ਰੈਜ਼ੀਡੈਂਸੀ ਲੈ ਲਓ ਇਸ ਤਰੀਕੇ ਨਾਲ ਜਿਹੜੀ ਆ ਪੁਰਤਗਾਲ ਸਭ ਤੋਂ ਈਜ਼ੀਐਸਟ ਮੰਨੀ ਜਾ ਰਹੀ ਹੈ ਅੱਜ ਦੀ ਰੇਟ 'ਚ ਕਿਉਂਕਿ ਬਾਕੀ ਅਦਰ ਕੰਟਰੀਜ਼ ਵਿੱਚ ਐਵੇਂ ਨਹੀਂ ਹੈ ਤੁਹਾਨੂੰ ਉੱਥੇ ਕੁਝ ਸਕਿੱਲਸ ਦਿਖਾਣੀਆਂ ਪੈਣਗੀਆਂ ਜਾਂ ਫਿਰ ਤੁਹਾਡੀ ਸਟੱਡੀ ਕੰਪਲੀਟ ਹੋਈ ਹੈ ਇਸ ਤਰੀਕੇ ਨਾਲ ਤੁਹਾਨੂੰ ਪਰਮ ਰੈਜ਼ੀਡੈਂਸੀ ਦੇ ਆਪਸ਼ਨ ਮਿਲਦੇ ਆ ਬੜੀ ਯੂਰੋਪੀਅਨ ਕੰਟਰੀਜ਼ ਕੁਝ ਹੈਗੀਆਂ ਜਿੱਥੇ ਤੁਹਾਨੂੰ ਇਸਵੇਂ ਦੇ ਆਪਸ਼ਨ ਈਜ਼ੀ ਮਿਲ ਜਾਂਦੇ ਆ ਫੋਰ ਇਗਜ਼ਾਮਪਲ ਸਪੇਨ ਵੀ ਆਪਸ਼ਨ ਦਿੰਦਾ ਤੁਹਾਨੂੰ ਪਰਮ ਰੈਜ਼ੀਡੈਂਸੀ ਲੈਣ ਦੀ ਬਟ ਉੱਥੇ ਥੋੜਾ ਜਿਹਾ ਪ੍ਰੋਸੈਸ ਜਿਹੜਾ ਲੈਂਥੀ ਹੈ ਪੁਰਤਗਲ ਦੇ ਨਾਲੋਂ ਬਟ ਉਹ ਵੀ ਇੱਕ ਪ੍ਰੋਸੈਸ ਹੈ ਜਿਸ ਦਾ ਤੁਸੀਂ ਕਹਿ ਸਕਦੇ ਹੋ ਐਟ ਦੀ ਐਂਡ ਤੁਹਾਨੂੰ ਪੀਆਰ ਜਿਹੜੀ ਹੈ ਮਿਲ ਜਾਂਦੀ ਹੈ ਇਟਲੀ ਦੇ ਵਿੱਚ ਵੀ ਕੁਝ ਆਪਸ਼ਨ ਹੈਗੇ ਨੇ ਜੇ ਐਗਰੀਕਲਚਰ ਦੇ ਵਿੱਚ ਉਹਨਾਂ ਦੇ ਪੇਪਰ ਉਪਰ ਨੂੰ ਹੋ ਰਹੇ ਨੇ ਤੁਸੀਂ ਉਹ ਪਾਰ ਕੇ ਉਸ ਤੋਂ ਬਾਅਦ ਆਪਣੀ ਰੈ residency ਲਈ ਜਾ ਸਕਦੇ ਹੋ ਇਸੇ ਤਰੀਕੇ ਨਾਲ ਪੋਲੈਂਡ ਹੈ ਜੇ ਤੁਸੀਂ ਉੱਤੇ ਬਿਜ਼ਨਸ ਸੈਟਅਪ ਕਰਦੇ ਹੋ ਤੁਹਾਨੂੰ ਉੱਤੇ ਪੀਆਰ ਲੈਣੀ ਈਜ਼ੀ ਹੈ ਲਾਤਵੀਆ ਹੈ ਜਿੱਥੇ ਤੁਸੀਂ ਬਿਜ਼ਨਸ ਸੈਟਅਪ ਕਰਦੇ ਹੋ ਪੀਆਰ ਲੈਣੀ ਉੱਥੇ ਵੀ ਈਜ਼ੀ ਹੈ ਦੈਨ ਆਫਟਰ ਉਸ ਤੋਂ ਬਾਅਦ ਜਿਹੜੇ ਹੋਰ ਵੀ ਜਿਹੜੀ ਹੈ ਯੂਰੋਪੀਅਨ ਕੰਟਰੀਜ਼ ਨੇ ਜਿਵੇਂ ਜਰਮਨੀ ਹੈ ਤੁਸੀਂ ਸਟੱਡੀ ਕੰਪਲੀਟ ਕੀਤੀ ਉਸ ਤੋਂ ਬਾਅਦ ਤੁਹਾਨੂੰ ਜੌਬ ਮਿਲੀ ਹੈ ਰੈਲੇਵੈਂਟ ਫੀਲਡ ਦੇ ਵਿੱਚ ਤੁਸੀਂ ਬੜੀ ਈਜ਼ੀਲੀ ਪੀਆਰ ਲੈ ਸਕਦੇ ਹੋ ਇਸੇ ਤਰੀਕੇ ਨਾਲ ਡੈਨਮਾਰਕ ਹੈ ਫਿਨਲੈਂਡ ਹੈਗਾ 스웨덴 ਹੈਗਾ ਇਹਨਾਂ ਕੰਟਰੀਜ਼ ਦੇ ਵਿੱਚ ਤੁਹਾਨੂੰ ਉਂਜ ਰੈਜ਼ਿਡੈਂਸੀ ਲੈਣੀ ਬਹੁਤ ਡਿਫਿਕਲਟ ਹੈ ਜਿੱਦੀ ਗੱਲ ਕਰ ਰਹੇ ਹਾਂ ਜਿਵੇਂ 스웨덴 ਹੈ ਡੈਨਮਾਰਕ ਹੋ ਗਿਆ ਫਿਨਲੈਂਡ ਹੋ ਗਿਆ ਐਵੇਂ ਦੀ ਕੰਟਰੀਜ਼ ਦੇ ਵਿੱਚ ਤੁਹਾਨੂੰ ਰੈਜ਼ਿਡੈਂਸੀ ਈਜ਼ੀਲੀ ਨਹੀਂ ਮਿਲੇਗੀ ਬਸ ਜੇ ਤੁਸੀਂ ਇੱਥੇ ਸਟੱਡੀ ਕੀਤੀ ਹੈ ਜਾਂ ਫਿਰ ਤੁਹਾਨੂੰ ਇਹਨਾਂ ਕੰਟਰੀਜ਼ ਦੇ ਵਿੱਚ ਕੋਈ ਇੰਪਲॉयਮੈਂਟ ਆਫਰ ਮਿਲ ਜਾਂਦਾ ਤੁਹਾਨੂੰ ਜੌਬ ਮਿਲ ਜਾਂਦੀ ਹੈ ਫਿਰ ਵੀ ਤੁਸੀਂ ਰੈਜ਼ਿਡੈਂਸੀ ਈਜ਼ੀਲੀ ਪਾ ਸਕਦੇ ਹੋ ਜਾਂ ਸਟੂਡੈਂਟ ਓਤਾ ਪਾ ਸਕਦੇ ਹੋ ਬਟ ਤੁਸੀਂ ਸਿੰਪਲ ਟੂਰਿਸਟ ਵੀਜ਼ਾ ਤੇ ਜਾ ਕੇ ਉੱਥੇ ਆਪਣਾ ਵੀਜ਼ਾ ਕਨਵਰਟ ਨਹੀਂ ਕਰ ਸਕਦੇ ਉਹਦਾ ਕੋਈ ਆਪਸ਼ਨ ਨਹੀਂ ਹੈਗਾ ਨਾ ਹੀ ਐਵੇਂ ਦਾ ਆਪਸ਼ਨ ਤੁਹਾਨੂੰ ਜਰਮਨੀ 'ਚ ਮਿਲੇਗਾ ਨਾ ਹੀ ਬੈਲਜੀਅਮ 'ਚ ਮਿਲੇਗਾ ਨਾ ਹੀ ਤੁਹਾਨੂੰ ਨੀਦਰਲੈਂਡ 'ਚ ਮਿਲੇਗਾ ਬਟ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਂਦੇ ਹੋ ਥੈਂ ਤੁਹਾਡੇ ਲਈ ਬੜਾ ਈਜ਼ੀ ਹੈ ਤੁਹਾਨੂੰ ਇੱਥੇ ਜਿਹੜਾ ਪਰਮਨ ਰੈਜ਼ੀਡੈਂਸੀ ਜਿਹੜੀ ਹੈ ਈਜ਼ਲੀ ਮਿਲ ਜਾਂਦੀ ਹੈ ਕਾਫੀ ਈਜ਼ੀ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਜੇ ਨੈਕਸਟ ਗੱਲ ਕਰੀਏ ਆਪਾਂ ਆਸਟ੍ਰੇਲੀਆ ਦੀ ਜਾਂ ਨਿਊਜ਼ੀਲੈਂਡ ਦੀ ਉੱਥੇ ਪੀਆਰ ਜਿਹੜੀ ਹੈ ਇੰਨੀ ਈਜ਼ੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਸਟੂਡੈਂਟ ਹੈਗੇ ਉਹ ਸਟੂਡੈਂਟ ਤੁਹਾਡੀ ਸਕਿੱਲ ਦੇ ਵਿੱਚ ਆਉਂਦਾ ਸ਼ਾਰਟਲਿਸਟ ਦੇ ਵਿੱਚ ਆਉਂਦਾ ਤੁਹਾਡਾ ਕੋਰਸ ਵੀ ਤੁਹਾਡੇ ਲਈ ਇਜ਼ੀ ਹੈਗਾ ਆਦਰਵਾਇਸ ਉਹਦੇ ਵਿੱਚ ਵੀ ਤੁਹਾਨੂੰ ਡਿਫਿਕਲਟੀ ਫੇਸ ਕਰਨੀ ਪੈਣੀ ਹੈ ਤੁਸੀਂ ਟੂਰਿਸਟ ਵੀਜ਼ਾ ਤੇ ਜਾਂਦੇ ਉੱਥੇ ਜਾ ਕੇ ਈਜ਼ਲੀ ਤੁਸੀਂ ਪੀਆਰ ਨਹੀਂ ਲੈ ਸਕਦੇ ਤੁਸੀਂ ਵਰਕ ਵੀਜ਼ਾ ਤੇ ਜਾਂਦੇ ਤੁਹਾਡੇ ਲਈ ਪੀਆਰ অপਸ਼ਨ ਹੋ ਸਕਦੇ ਨੇ ਜੇ ਤੁਸੀਂ ਅੰਡਰ ਸ਼ਾਰਟਲਿਸਟ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਤਾਂ ਜੇ ਤੁਸੀਂ ਨਿਊਜ਼ੀਲੈਂਡ ਦੀ ਗੱਲ ਕਰਦੇ ਹੋ ਨਿਊਜ਼ੀਲੈਂਡ ਦੇ ਵਿੱਚ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਂਦੇ ਹੋ ਤਾਂ ਤੁਹਾਡੇ ਕੋਲ ਆਪਸ਼ਨ ਹੈਗੇ ਨੇ ਤੁਸੀਂ ਟੂਰਿਸਟ ਵੀਜ਼ਾ ਜਾਂ ਆਦਰ ਕੈਟਾਗਰੀਜ਼ ਜਾ ਰਹੇ ਹੋ ਤਾਂ ਦੈਨ ਤੁਹਾਡੇ ਕੋਲ ਆਪਸ਼ਨ ਜਿਹੜੇ ਆ ਨਹੀਂ ਹੁੰਦੇ ਉੱਤੇ ਤੇ ਇਹ ਵੀ ਉਹ ਕੰਟਰੀਜ਼ ਨੇ ਜਿੱਥੇ ਬਹੁਤ ਡਿਫਿਕਲਟ ਹੈ ਇਸ ਤੋਂ ਬਾਅਦ ਈਜ਼ੀ ਦੀ ਜੇ ਗੱਲ ਕਰਦੇ ਆ ਤਾਂ ਈਜ਼ੀ ਜਿਹੜੀ ਹੋਰ ਕੰਟਰੀਜ਼ ਦੇ ਵਿੱਚ ਕੋਈ ਵੀ ਨਹੀਂ ਆਉਂਦੀ ਤੁਹਾਨੂੰ ਮੇਨ ਈਜ਼ੀ ਜਿਹੜੀ ਸਭ ਤੋਂ ਮਿਲਦੀ ਹੈ ਉਹ ਕੈਨੇਡਾ ਹੈ ਦੈਨ ਆਫਟਰ ਪੋਰਚੁਗਲ ਹੈਗੀ ਹੈ ਫਿਰ ਉਸ ਤੋਂ ਬਾਅਦ ਜੇ ਤੁਸੀਂ ਸਟੂਡੈਂਟ ਹੈਗੇ ਹੋ ਤੁਸੀਂ ਡੈਨਮਾਰਕ ਜਰਮਨੀ ਸਵੀਡਨ ਫਿਨਲੈਂਡ ਇਹਨਾਂ ਕੰਟਰੀਜ਼ ਬੜੀ इजीली ਪੀਆਰ ਲੈ ਸਕਦੇ ਹੋ ਜੇ ਤੁਸੀਂ ਟੂਰਿਸਟ ਵੀਜ਼ਾ ਤੇ ਜਾ ਰਹੇ ਹੋ ਤਾਂ ਤੁਸੀਂ ਸਾਡੇ ਕੋਲ ਆਪਸ਼ਨ ਜਿਹੜਾ ਹੈਗਾ ਪੁਰਤਗਾਲ ਇਟਲੀ ਸਪੇਨ ਇਹ ਉਹ ਕੰਟਰੀਜ਼ ਨੇ ਜਿੱਥੇ ਤੁਹਾਨੂੰ ਆਪਸ਼ਨ ਮਿਲ ਸਕਦੇ ਨੇ ਜੇ ਤੁਸੀਂ ਅਸਾਈਲਮ ਪਾਣੀ ਹੈ ਅਸਾਈਲਮ ਪਾ ਕੇ ਫਿਰ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਤੱਕ ਜਾਣਾ ਹੈ ਦੈਨ ਤੁਹਾਡੇ ਲਈ ਯੂਐਸ ਆਪਸ਼ਨ ਇੱਕ ਵਧੀਆ ਹੈਗਾ ਫ੍ਰਾਸੀਕ ਉਹਦੀ ਆਪਸ਼ਨ ਹੈਗਾ ਜਰਮਨੀ ਦੇ ਵਿੱਚ ਵੀ ਆਪਸ਼ਨ ਮਿਲ ਜਾਂਦੇ ਨੇ ਬਟ ਅੱਜ ਦੀ ਡੇਟ ਵਿੱਚ ਇਹ ਥੋੜਾ ਡਿਫਿਕਲਟ ਹੁੰਦਾ ਜਾ ਰਿਹਾ ਕਿਉਂਕਿ ਉੱਥੇ ਰੀਜ਼ਨ ਦੇਣਾ ਹੁੰਦਾ ਕਿ ਤੁਹਾਨੂੰ ਐਕਚੁਅਲ 'ਚ ਖਤਰਾ ਕੀ ਹੈ ਤੁਹਾਡੀ ਹੋਮ ਕੰਟਰੀ ਦੇ ਵਿੱਚ ਜੇ ਤੁਸੀਂ ਉਹਨੂੰ ਜਸਟੀਫਾਈ ਨਹੀਂ ਪ੍ਰੋਪਰ ਕਰ ਪਾਉਂਦੇ ਫਿਰ ਤੁਹਾਡੇ ਲਈ ਉਹ ਪ੍ਰੋਬਲਮ ਬਣ ਜਾਂਦੀ ਹੈ ਤੇ ਜੇ ਤੁਹਾਡਾ ਵੀ ਪਲਾਨ ਹੈ ਇੰਡੀਆ ਤੋਂ ਮੂਵ ਹੋਣ ਦਾ ਤੁਸੀਂ ਲਬ ਰਹੇ ਹੋ ਕਿਤੇ इजी ਕੰਟਰੀ ਜਿੱਥੇ ਤੁਸੀਂ इजीली ਪੀਆਰ ਹੋ ਸਕੋ ਤੇ ਲਿਸਟ ਜਿਹੜੀ ਅਸੀਂ ਅੱਜ ਵੀਡੀਓ ਚ ਦਿੱਤੀ ਹੈ ਇਹਨੂੰ ਫੋਲੋ ਕਰ ਸਕਦੇ ਹੋ ਰਿਸਰਚ ਕਰ ਸਕਦੇ ਹੋ ਮੇਰਾ ਮੰਨਣਾ ਹੈ ਕਿ ਜਿੱਥੇ ਵੀ ਤੁਸੀਂ ਮੂਵ ਹੋਣਾ ਪਹਿਲਾਂ ਰਿਸਰਚ ਕਰੋ Google ਤੇ ਜਾਓ ਉੱਥੇ ਜਾ ਕੇ ਦੇਖੋ ਕਿ ਕੀ ਕੀ ਤੁਹਾਡੇ ਕੋਲ ਆਪਸ਼ਨ ਹੈਗੇ ਨੇ ਜੇ ਤੁਹਾਡੇ ਕੋਲ ਚੰਗੇ ਆਪਸ਼ਨ ਹੈ ਨੇ ਥੈਨ ਤੁਹਾਨੂੰ ਡੈਫੀਨਿਟਲੀ ਜਾਣਾ ਚਾਹੀਦਾ ਹੈ ਥੈਨ ਤੁਹਾਨੂੰ ਐਕਸਪਲੋਰ ਵੀ ਕਰਨਾ ਚਾਹੀਦਾ ਤੇ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ